परमेश्वर की आवाज जो हैगी सिर्फ से सिर्फ आत्मा दे नाल सुनी जा सकती है, शरीर दे नाल कन्ना च नहीं सुनती, वो आत्मा च आवाज सुनती है। प्रकाश की पोथी प्रकाशित वाक्य 1:15। हालेलुया। अते ओ दे पैर खास पित्तल दे न्याई सन, पई जानिदा ओ पट्ठी विच ताया होया है, अते ओ दी आवाज बाले पानिया दी कूक वर्गी सी। बाले पानिया दी कूक वर्गी सी, बहुत सारे पानी मतलब। हालेलुया। जो प्रभु यीशु मसीह ने यूहन्ना दे नाल गल कीती है तो इन्नी एदां आवाज आ रही है जिवें बहुत सारे पानी, जिवें अपना बारिश आउंदी है तो किदां दी आवाज आउंदी है बाहरों, किन्नी तेज आवाज आउंदी है। जे किसी की पहाड़ी इलाके च गए हो तो वेखो उहदे विच किवें दी आउंदी आवाज। पहाड़ी इलाके च कौन कौन जा गया है? पहाड़ी इलाकों के जाके आए हैं, उत्थे आवाज किहो जिही हुंदी? बड़ी तेज हुंदी पानी दी आवाज। और लागे तुहाडे नाल अगर कोई गल कर रहा तुहानूं जल्दी आवाज नहीं सुनदी, उह बंदा मेरे नाल गल की करदा पिया। हालेलुया हालेलुया। यूहन्ना दे नाल यूहन्ना जदों उस आवाज नूं सुन रहा उहनूं इदां लग रहा कि बड़े सारे पानी आ, बहुत सारे पानी चलते पए आ, पर आवाज उहनूं किहदी सुन रही आ? परमेश्वर दी। उहदी आवाज कहिंदा बहुते पानीआं वर्गी सी, जिहड़ी आवाज उस दर्शन दे विच यूहन्ना नाल गल करदी पई आ, बहुते पानीआं दी आवाज हैगी हैगी। 2 Samuel 22:17। ਉਹਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ ਅਤੇ ਉਹਨੇ ਮੈਨੂੰ ਪਾਣੀ ਦੇ ਹੜਾ ਵਿੱਚੋਂ ਕੱਢ ਲਿਆ। ਪਾਣੀ ਦੇ ਹੜ ਨਹੀਂ ਲਿਖਿਆ ਹੈ, ਇੱਥੇ ਲਿਖਿਆ ਫਰੋਮ ਮੈਨੀ ਵਾਟਰਸ, ਮੈਨੀ ਵਾਟਰਸ ਬਹੁਤੇ ਪਾਣੀਆਂ ਵਿੱਚੋਂ, ਬਹੁਤੇ ਪਾਣੀਆਂ ਵਿੱਚੋਂ ਮੈਨੂੰ ਕੱਢ ਲਿਆ। ਹਾਲੇਲੂਇਆ। ਪਾਣੀ ਦੇ ਹੜਾਂ ਵਿੱਚੋਂ, ਹੜ ਇੱਕ ਹੁੰਦਾ ਕਿ ਬਹੁਤ ਸਾਰੇ ਹੜ ਹੁੰਦੇ ਆ? ਇੱਕੋ ਹੜ ਹੁੰਦਾ। ਲਿਖਿਆ ਪਾਣੀ ਦੇ ਹੜਾਂ ਦੇ ਵਿੱਚੋਂ ਮੈਨੂੰ ਕੱਢ ਲਿਆ। ਅਸਲ ਦਾਊਦ ਇਸ ਜਗ੍ਹਾ 'ਤੇ ਜੋ ਲਿਖ ਰਿਹਾ ਵਾ, ਲਿਖਿਆ ਉਹਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ ਕਿ ਪਰਮੇਸ਼ਵਰ ਨੇ ਮੈਨੂੰ ਆਪਣਾ ਹੱਥ ਭੇਜਿਆ ਅਤੇ ਮੈਨੂੰ ਫੜ ਲਿਆ। ਉਸਨੇ ਮੈਨੂੰ ਪਾਣੀ ਦੇ ਹੜਾਂ ਦੇ ਵਿੱਚੋਂ ਕੱਢ ਲਿਆ। ਮਤਲਬ ਮੈਂ ਬਹੁਤ ਸਾਰੀਆਂ ਆਵਾਜ਼ਾਂ ਸੁਣਦਾ ਪਿਆ ਸੀ, ਪਰ ਉਹਦੇ ਵਿੱਚ ਉਹਨੇ ਮੈਨੂੰ, ਉਹ ਕਹਿਣਾ ਕੀ ਚਾਹੁੰਦਾ ਕਿ ਮੈਨੂੰ ਬਹੁਤ ਸਾਰੀਆਂ ਆਵਾਜ਼ਾਂ ਆਉਂਦੀਆਂ ਪਈਆਂ ਸੀ, ਸ਼ੈਤਾਨ ਦੀਆਂ, ਮੇਰੇ ਮਨ ਦੀਆਂ, ਮੇਰੀਆਂ ਸੋਚਾਂ ਦੀਆਂ, ਵਿਚਾਰਾਂ ਦੀਆਂ, ਦੁਨੀਆਂ ਦੀਆਂ, ਆਸੇ ਪਾਸੇ ਦੇ ਜਿਹੜੇ ਭੈਣਾਂ ਭਰਾਵਾਂ ਨੂੰ ਗੱਲਬਾਤ ਕੀਤੀ ਗਈ ਉਹਦੀਆਂ, ਜੋ ਕਿ ਮੈਂ ਦੁਕਾਨ 'ਤੇ ਗਏ ਉਹਦੇ ਵਿਚਾਰ, ਜੋ ਮੈਂ ਬੱਸ 'ਚ ਨਿਕਲਿਆ ਸੀ ਉਹਦੇ ਵਿਚਾਰ ਮੈਨੂੰ ਆਉਂਦੇ ਪਏ ਸੀ। ਪਰ ਦਾਊਦ ਕੀ ਕਹਿ ਰਿਹਾ? ਹਾਲੇਲੂਇਆ। ਉਹਨੇ ਸਾਰੀਆਂ ਆਵਾਜ਼ਾਂ ਦੇ ਵਿੱਚੋਂ ਮੈਨੂੰ ਬਾਹਰ ਕੱਢ ਲਿਆ। ਉਹਨੇ ਸਾਰੀਆਂ ਆਵਾਜ਼ਾਂ 'ਚੋਂ ਮੈਨੂੰ, ਲਿਖਿਆ ਉਹਨੇ ਉੱਪਰੋਂ ਹੱਥ ਕੱਢ ਕੇ ਮੈਨੂੰ ਲੈ ਲਿਆ, ਉਹਨੇ ਮੈਨੂੰ ਪਾਣੀ ਦੇ ਹੜਾਂ ਦੇ ਵਿੱਚੋਂ ਕੱਢ ਲਿਆ। ਹਾਲੇਲੂਇਆ। ਹੀ ਡਰੂ ਮੀ ਫਰੋਮ ਦਾ ਮੈਨੀ ਵਾਟਰਸ। ਹਾਲੇਲੂਇਆ। ਅਸਲ 'ਚ ਬਹੁਤ ਸਾਰੇ ਪਾਣੀ ਕੀ ਹੈਗੇ? ਤੁਹਾਡੇ ਵਿਚਾਰ, ਤੁਹਾਡੇ ਵਿਚਾਰ। ਹਾਲੇਲੂਇਆ ਹਾਲੇਲੂਇਆ। ਜੋ ਵੀ ਤੁਸੀਂ ਇਹ ਧਰਤੀ ਉੱਪਰ ਕਰਦੇ ਆ, ਜੋ ਤੁਹਾਡੀ ਅੱਜ ਪਰਸਨੈਲਿਟੀ ਹੈਗੀ ਆ, ਤੁਹਾਡੇ ਵਿਚਾਰਾਂ ਦੀ ਦੇਣ ਆ। ਅਗਰ ਕੋਈ ਮਿਸਤਰੀ ਦਾ ਕੰਮ ਕਰ ਰਿਹਾ ਤੇ ਉਹਦੀ ਵਿਚਾਰਾਂ ਦੀ ਦੇਣ ਆ, ਕਿਉਂਕਿ ਉਹਨੇ ਚਾਹਿਆ ਕਿ ਮੈਂ ਮਿਸਤਰੀ ਬਣਾ। ਅਗਰ ਕੋਈ ਪਲੰਬਰ ਦਾ ਕੰਮ ਕਰ ਰਿਹਾ ਤੇ ਉਹਨੇ ਚਾਹਿਆ, ਉਹਨੇ ਵਿਚਾਰ ਆਇਆ ਉਹਦੇ ਮਨ 'ਚ ਕਿ ਮੈਂ ਪਲੰਬਰ ਦਾ ਕੰਮ ਸਿੱਖਾਂ। ਅਗਰ ਕੋਈ ਸੇਵਾ ਦਾ ਕੰਮ ਕਰ ਰਿਹਾ ਉਹਦੇ ਮਨ 'ਚ ਆਇਆ ਕਿ ਮੈਂ ਪਰਮੇਸ਼ਵਰ ਦੀ ਸੇਵਾ ਕਰਨੀ ਆ। ਹਾਲੇਲੂਇਆ। ਤੁਹਾਡੇ ਵਿਚਾਰਾਂ ਦੀ ਦੇਣ ਆ। ਉਹ ਕਿਹਦੇ ਵਰਗੇ ਵਿਚਾਰ ਪਤਾ? ਕਿਹਦੇ ਵਰਗੇ? ਬਹੁਤ ਸਾਰੇ ਪਾਣੀਆਂ ਦੇ ਵਰਗੇ। ਹਾਲੇਲੂਇਆ। ਉਹਨਾਂ ਸੱਤਾਂ ਦਿੱਤਾਂ ਵਿੱਚੋਂ ਜਿਨ੍ਹਾਂ ਕੋਲ 7 ਕਟੋਰੇ ਸਨ, ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਈ ਉਰੇ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ। ਹਾਲੇਲੂਇਆ। ਇਹ ਕਿਹਦੇ ਬਾਰੇ ਜ਼ਿਕਰ ਹੋ ਰਿਹਾ? ਉਹਨਾਂ ਆਤਮਿਆਂ ਦੇ ਬਾਰੇ ਜਿਹੜੇ ਤੁਹਾਡੇ ਵਿਚਾਰਾਂ ਦੇ ਵਿੱਚ ਰਾਜ ਕਰਦੇ ਆ। ਹਾਲੇਲੂਇਆ। ਜਿਹੜੀ ਤੁਹਾਡੀ ਜ਼ਿੰਦਗੀ ਚੱਲਦੀ ਆ, ਜਿਹੜੇ ਤੁਹਾਡੇ ਉੱਤੇ ਰਾਜ ਕਰਦੇ ਆ, ਉਹਨਾਂ ਬਾਰੇ ਜ਼ਿਕਰ ਆ। ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ। ਹਾਲੇਲੂਇਆ। ਇਹ ਉਹਦਾ ਜ਼ਿਕਰ ਆ ਜਿਹੜਾ, ਜਿਹੜੀ ਇੱਕ ਆਪਾਂ ਜਿਹਨੂੰ ਹਰਾਮਕਾਰੀ ਦੀ ਜਾਂ ਵਿਭਚਾਰ ਦੀ ਰੂਹ ਕਹਿੰਦੇ ਹਾਂ। ਹਾਲੇਲੂਇਆ। ਪਰਮੇਸ਼ੁਰ ਦੀ ਨਿਗਾਹ ਦੇ ਵਿੱਚ ਉਪਰੀਆਂ ਮੂਰਤਾਂ ਨੂੰ ਪੂਜਣਾ। ਹਾਲੇਲੂਇਆ। ਪਰਮੇਸ਼ੁਰ ਦੇ ਬਾਹਰ ਜਿੰਨੇ ਵੀ ਵਿਚਾਰ ਆ ਉਹ ਵਿਭਚਾਰ ਆ, ਜਿੰਨੇ ਵੀ ਵਿਚਾਰ ਹੈਗੇ ਆ ਉਹ ਹਰਾਮਕਾਰੀ ਆ। ਪਰਮੇਸ਼ੁਰ ਤੋਂ ਬਾਅਦ ਅਗਰ ਤੁਸੀਂ ਕੁਛ ਵੀ ਕਰ ਰਹੇ ਆ ਤੇ ਉਹ ਹਰਾਮਕਾਰੀ ਆ। ਮੈਂ ਇੱਥੇ ਲਿਖੀ 7 ਕਟੋਰੇ ਜਿਹੜੇ ਹੈਗੇ ਸੀ, ਉਹ 7 ਕਟੋਰੇ ਪਰਮੇਸ਼ੁਰ ਦਾ ਕ੍ਰੋਧ ਜਿਨ੍ਹਾਂ ਲੋਕਾਂ ਦੇ ਉੱਪਰ ਪਾਉਂਦਾ, 7 ਕਟੋਰੇ ਕ੍ਰੋਧ ਦੇ ਹੈਗੇ ਆ ਜਿਨ੍ਹਾਂ ਦੇ ਉੱਪਰ ਕ੍ਰੋਧ ਆਉਂਦਾ, ਜਿਸ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ। ਯਾਨੀ ਕਿ ਧਰਤੀ ਦੇ ਜਿਹੜੇ ਰਾਜੇ ਆ, ਜਿਨ੍ਹਾਂ ਨੇ, ਜਿਹੜੇ ਸਾਡੇ ਵਿਚਾਰ ਆ, ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਦ ਦੇ ਨਾਲ ਮਸਤ ਹੋਈ, ਯਾਨੀ ਕਿ ਜੋ ਉਹਨੇ ਵਿਚਾਰ ਉਹਨਾਂ ਦੇ ਵਿੱਚ ਪਾਏ। ਹਾਲੇਲੂਇਆ। ਦਾਊਦ ਇਸ ਜਗ੍ਹਾ 'ਤੇ ਲਿਖ ਰਿਹਾ ਕਿ ਮੈਨੂੰ ਉਹਨੇ ਪਾਣੀਆਂ ਦੇ ਵਿੱਚੋਂ ਹੱਥ ਪਾ ਕੇ ਕੱਢ ਲਿਆ। ਹਾਲੇਲੂਇਆ। ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ, ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਤੀਵੀਂ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ। ਹਾਲੇਲੂਇਆ।
ਜਿਹੜਾ ਕੁਫਰ ਦੇ ਨਾਮ ਨਾਲ ਭਰਿਆ ਹੋਇਆ ਸੀ ਅਤੇ ਜਿਹਦੇ 7 ਸਿਰ ਅਤੇ 10 ਸਿੰਘ ਸਨ ਬੈਠੇ ਵੇਖਿਆ ਅਤੇ ਉਸ ਤੀਵੀ ਨੇ ਬੈਂਗਣੀ ਅਤੇ ਕਿਰਮਚੀ ਪਿਸ਼ਾਕ ਪਹਿਨੀ ਹੋਈ ਸੀ ਅਤੇ ਉਹਨੇ ਸੋਨੇ ਮੋਤੀਆਂ ਦੇ ਜਵਾਰਾਂ ਨਾਲ ਸ਼ਿੰਗਾਰੀ ਹੋਈ ਸੀ। ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਨੌਣੀਆਂ ਵਸਤੂਆਂ ਅਤੇ ਹੈਰਾਨਕਾਰੀ ਦੀਆਂ ਪ੍ਰਿਸ਼ਤਾਈਆਂ ਨਾਲ ਭਰਿਆ ਹੋਇਆ ਸੀ। ਹਲੇਲੂਇਆ। ਉਹ ਆਤਮਾ ਹੈਗਾ ਜਿਹੜਾ ਤੁਹਾਡੇ ਵਿਚਾਰਾਂ ਦੇ ਉੱਪਰ ਬੈਠਦਾ। ਹਲੇਲੂਇਆ। ਅਤੇ ਆਪਣੀਆਂ ਹਰਾਮਕਾਰੀਆਂ ਅਤੇ ਆਪਣੀਆਂ ਘਨੌਣੀਆਂ ਚੀਜ਼ਾਂ ਦੇ ਵਿਚਾਰ ਤੁਹਾਡੇ ਵਿੱਚ ਪਾਉਂਦਾ ਵਾ। ਹਲੇਲੂਇਆ। ਤੁਹਾਡੇ ਅੰਦਰ ਕੋਈ ਵਿਚਾਰ ਵੀ ਪਾਉਂਦਾ ਕਿ ਨਹੀਂ ਪਾਉਂਦਾ? ਉਹਦੇ ਬਾਰੇ ਗੱਲ ਹੋ ਰਹੀ ਹੈ। ਉਸਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਨੌਣੀਆਂ ਵਸਤੂਆਂ ਅਤੇ ਉਹਦੀ ਹਰਾਮਕਾਰੀ ਦੀਆਂ ਪ੍ਰਿਸ਼ਤਾਈਆਂ ਨਾਲ ਭਰਿਆ ਹੋਇਆ ਸੀ ਅਤੇ ਉਹਦੇ ਮੱਥੇ 'ਤੇ ਭੇਤ ਵਾਲਾ ਨਾਂ ਲਿਖਿਆ ਹੋਇਆ ਸੀ ਬਾਬਲ। ਉਹ ਵੱਡੀ ਨਗਰੀ ਕੰਜਰੀਆਂ ਅਤੇ ਧਰਤੀ ਦੀਆਂ ਘਨੌਣੀਆਂ ਵਸਤੂਆਂ ਦੀ ਮਾਂ, ਜੋ ਧਰਤੀ 'ਚ ਬਰਾਈਆਂ ਹੁੰਦੀਆਂ ਉਹ ਸਾਰਿਆਂ ਦੀ ਕੀ ਹੈਗੀ ਆ? ਮਾਂ ਹੈਗੀ ਆ। ਉਹ ਆਤਮਾ ਕੀ ਹੈਗੀ? ਸਾਰਿਆਂ ਦੀ ਮਾਂ। ਅਤੇ ਮੈਂ ਉਸ ਤੀਵੀ ਨੇ ਸੰਤਾਂ ਦੇ ਲਹੂ ਨਾਲ, ਜਿਹੜੇ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਆ, ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਦੇ ਨਾਲ ਮਸਤ ਹੋਈ ਵੇਖਿਆ। ਬਹੁਤ ਸਾਰੇ ਲੋਕਾਂ ਨੂੰ ਉਹਨੇ ਡੇਗ ਲਿਆ ਅਤੇ ਉਹਨੇ ਵੇਖ ਕੇ ਮੈਂ ਡਾਢਾ ਤਰਜੋ ਕਿਤੇ ਲਿਖਿਆ ਹੱਕਾ ਬੱਕਾ ਰਹਿ ਗਿਆ। ਹਲੇਲੂਇਆ, ਹਲੇਲੂਇਆ। ਇੱਕ ਸਪਿਰਿਟ ਆ ਜਿਹਨੂੰ ਇੱਥੇ ਬਾਈਬਲ 'ਚ ਲਿਖਿਆ ਗਿਆ ਬਾਬਲ, ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਨੌਣੀਆਂ ਵਸਤੂਆਂ ਦੀ ਮਾਂ, ਜਿਹੜੀ ਤੁਹਾਡੇ ਵਿਚਾਰਾਂ ਨੂੰ ਕੰਟਰੋਲ ਕਰਕੇ, ਜਿਹੜੇ ਪਾਣੀ ਪਰਮੇਸ਼ੁਰ ਦੇ ਹੈਗੇ, ਜਿਹੜੀ ਪਰਮੇਸ਼ੁਰ ਦੀ ਪਾਣੀਆਂ ਦੀ ਆਵਾਜ਼ ਆ ਉਹਨੂੰ ਬੰਦ ਕਰ ਦਿੰਦੀ ਆ ਤੁਹਾਡੇ ਕੋਲੋਂ। ਹਲੇਲੂਇਆ, ਹਲੇਲੂਇਆ। ਜਿਹੜੀ ਉਹਨਾਂ ਦੇ ਉੱਪਰ ਬੈਠੀ ਹੋਈ ਹੈ, ਜਿਹੜੀ ਬਹੁਤੇ ਪਾਣੀਆਂ ਦੇ ਉੱਪਰ ਬੈਠੀ ਹੋਈ ਹੈ। ਹਲੇਲੂਇਆ। ਜਦੋਂ ਪਰਮੇਸ਼ੁਰ ਉਹਨਾਂ ਬਹੁਤੇ ਪਾਣੀਆਂ 'ਚ ਤੁਹਾਡੇ ਨਾਲ ਗੱਲ ਕਰਦੇ ਆ, ਬਹੁਤ ਸਾਰੇ ਵਿਚਾਰਾਂ ਦੇ ਵਿੱਚ, ਹਲੇਲੂਇਆ, ਉਹ ਤੁਹਾਡੇ ਉੱਪਰ ਸਿਰ ਬਣ ਕੇ ਬੈਠੀ ਹੈ। ਹਲੇਲੂਇਆ। ਮੇਰੀ ਗੱਲ ਕਿਹਨੂੰ ਸਮਝ ਲੱਗੀ ਭਲਾ? ਤੁਹਾਡੇ ਜਿੰਨੇ ਵੀ ਵਿਚਾਰ ਚੱਲਦੇ ਆ, ਜਿੰਨੇ ਵੀ ਤੁਹਾਡੇ ਮਨ 'ਚ ਵਿਚਾਰ ਚੱਲਦੇ ਆ, ਤੁਹਾਨੂੰ ਮੈਂ ਸਿਰਫ ਬਾਈਬਲ 'ਚੋਂ ਇੱਕ ਪ੍ਰੂਫ ਦਿੱਤਾ, ਤੁਹਾਡੇ ਅੰਦਰ ਜਿੰਨੇ ਵੀ ਵਿਚਾਰ ਚੱਲਦੇ ਆ, ਤਾਂ ਕਿ ਤੁਸੀਂ ਸਹੀ ਵਿਚਾਰ ਲੈ ਕੇ ਪਰਮੇਸ਼ੁਰ ਨਾਲ ਗੱਲ ਨਾ ਕਰ ਸਕੋ, ਉਹਨਾਂ ਦੇ ਉੱਪਰ ਇੱਕ ਸਪਿਰਿਟ ਬੈਠੀ ਆ। ਬਾਬੁਲ, ਵੱਡੀ ਨਗਰੀ ਲਿਖਿਆ, ਉਹਨੂੰ ਨਾਮ ਲਿਖਿਆ ਉਹਦਾ ਬਾਈਬਲ 'ਚ। ਆਤਮਾ, ਇੱਕ ਦੁਸ਼ਟ ਆਤਮਾ ਤੁਸੀਂ ਕਹਿ ਸਕਦੇ ਆ, ਉਹ ਬੈਠਾ ਹੋਇਆ ਸਾਰਿਆਂ ਦੇ ਵਿਚਾਰਾਂ ਦੇ ਉੱਪਰ, ਜਿਹੜਾ ਤੁਹਾਨੂੰ ਪਰਮੇਸ਼ੁਰ ਦੇ ਵਿਚਾਰਾਂ ਦੇ ਨਾਲ, ਪਰਮੇਸ਼ੁਰ ਦੀਆਂ ਗੱਲਾਂ ਦੇ ਨਾਲ ਕਮਿਊਨੀਕੇਟ ਨਹੀਂ ਕਰਨ ਦਿੰਦਾ। ਉਹ ਕੀ ਹੈਗੇ ਆ? ਵਿਚਾਰ। ਹੁਣ ਜਿਹੜਾ ਇਹ ਵਿਸ਼ਵਾਸ ਕਰਦਾ ਕਿ ਮੇਰੇ ਅੰਦਰ ਪਰਮੇਸ਼ੁਰ ਦਾ ਆਤਮਾ ਵੱਸਦਾ ਹੈ, ਬੋਲੋ, ਮੇਰੇ ਅੰਦਰ ਪਰਮੇਸ਼ੁਰ ਦਾ ਆਤਮਾ ਵੱਸਦਾ ਹੈ, ਆਮੀਨ। ਜਿਹੜਾ ਇਹ ਸਿਰਫ ਸੋਚਦਾ ਰਹਿੰਦਾ ਕਿ ਮੇਰੇ ਅੰਦਰ ਦੁਸ਼ਟ ਆਤਮਾ, ਮੇਰੇ ਅੰਦਰ ਸ਼ੈਤਾਨ ਦਾ ਆਤਮਾ, ਮੇਰੇ ਅੰਦਰ ਸ਼ੈਤਾਨ ਦੇ ਵਿਚਾਰ ਹੈਗੇ ਆ, ਉਹਨਾਂ ਦੇ ਜੀਵਨ ਦੇ ਉੱਪਰ ਉਹ ਹਾਵੀ ਹੋ ਜਾਂਦਾ। ਇਹ ਬਿਮਾਰੀਆਂ, ਚਾਹੇ ਗਰੀਬੀ ਆ, ਚਾਹੇ ਲੜਾਈ ਝਗੜਾ, ਚਾਹੇ ਕੋਈ ਸ਼ਰਾਬ ਆ, ਚਾਹੇ ਕੁਛ ਵੀ ਹੈਗਾ, ਕੁਛ ਵੀ ਤੁਹਾਡੇ ਜੀਵਨ 'ਚ ਅਗਰ ਨੈਗੇਟਿਵ ਹੈਗਾ, ਹਲੇਲੂਇਆ, ਤੁਹਾਡੇ ਜੀਵਨ ਤੋਂ ਉਦੋਂ ਤੁਹਾਡੇ ਉੱਤੇ ਹੁੰਦਾ ਜਦੋਂ ਤੁਸੀਂ ਇਹ ਵਿਸ਼ਵਾਸ ਕਰ ਲੈਂਦੇ ਆ ਕਿ ਮੇਰੇ ਜੀਵਨ 'ਚ ਪਰਮੇਸ਼ੁਰ ਦੇ ਆਤਮਾ ਤੋਂ ਬਿਨਾਂ ਕੁਛ ਹੋਰ ਵੀ ਹੈਗਾ। ਬਾਈਬਲ 'ਚ ਸਾਫ਼ ਤੁਹਾਡੇ ਵਾਸਤੇ ਲਿਖਿਆ, ਮੇਰੇ ਵਾਸਤੇ, ਸਾਰੇ ਮਸੀਹ ਲੋਕਾਂ ਵਾਸਤੇ ਲਿਖਿਆ, ਕਿ ਤੁਸੀਂ ਨਹੀਂ ਜਾਣਦੇ ਤੁਸੀਂ ਪਰਮੇਸ਼ੁਰ ਦੇ ਮੰਦਰ ਹੋ, ਔਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ, ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ, ਬੋਲੋ, ਪਰਮੇਸ਼ੁਰ ਦਾ ਆਤਮਾ ਮੇਰੇ ਵਿੱਚ ਵੱਸਦਾ ਹੈ। ਜਿੰਨਾ ਤੁਸੀਂ ਉਹਨਾਂ ਵਿਚਾਰਾਂ ਨਾਲ ਇੰਟਰੈਕਟ ਕਰਦੇ ਆ, ਉਹਨਾਂ ਗੱਲਾਂ ਦੇ ਨਾਲ, ਵਿਚਾਰਾਂ ਨਾਲ ਸਾਂਝੀ ਹੁੰਦੇ ਆ, ਉਹਨਾਂ ਹੀ ਉਹ ਸਾਰੇ ਤੁਹਾਡੇ ਵਿਚਾਰਾਂ ਦੇ ਉੱਪਰ ਹਾਵੀ ਹੋਣਾ ਸ਼ੁਰੂ ਹੋ ਜਾਂਦਾ, ਤੁਹਾਡੇ ਸਾਰੇ ਵਿਚਾਰਾਂ ਦੇ ਉੱਪਰ ਹਾਵੀ ਹੋਣਾ ਸ਼ੁਰੂ ਹੋ ਜਾਂਦਾ, ਔਰ ਫਿਰ ਉਹ ਕਦੇ 'ਚ ਬਦਲ ਜਾਂਦਾ ਪਾਪ ਦੇ ਵਿੱਚ। ਬਾਈਬਲ 'ਚ ਲਿਖਿਆ ਕਾਮਨਾ ਜਾਂ ਗਰਭਣੀ ਹੋਈ ਤੇ ਪਾਪ ਨੂੰ ਜਾਣਦੀ ਹੈ, ਤੁਹਾਡੇ ਅੰਦਰ ਜਿਹੜੀ ਕਾਮਨਾ ਕੋਈ ਉੱਠਦੀ ਹੈ, ਹਲੇਲੂਇਆ, ਹਲੇਲੂਇਆ, ਕੀ ਬਣਾਉਂਦੀ ਤੁਹਾਡੇ ਕੋਲੋਂ? ਪਾਪ ਦਾ ਜ਼ਰੀਆ, ਤੁਹਾਡੇ ਹੱਥੋਂ ਕੁਛ ਪਾਪ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਬਹੁਤ ਸਾਰੇ ਜਿਹੜੇ ਤੁਹਾਡੇ ਵਿਚਾਰਾਂ ਦੀਆਂ ਆਵਾਜ਼ਾਂ ਬੰਦ ਹੋ ਸਕਦੀਆਂ, ਫਿਰ ਤੁਸੀਂ ਪਰਮੇਸ਼ੁਰ ਦੀ ਆਵਾਜ਼ ਐਗਜੈਕਟਲੀ ਸੁਣ ਸਕਦੇ ਆ ਕਿ ਕੀ ਹੈਗੀ ਪਰਮੇਸ਼ੁਰ ਦੀ ਆਵਾਜ਼।